ਇਹ ਗੁਰਤੇਸ਼ ਦਾ ਰੂਮ ਤੇ ਇੱਥੇ ਹਲੇ ਖਲਹਰਾ ਚੱਲ ਰਿਹਾ ਆ ਕਿਉਂਕਿ ਮੈਂ ਸਿਰਫ ਗੁਰਤੇਸ਼ ਦੀ ਲਮਾਰੀ ਸਾਫ਼ ਕੀਤੀ ਸੀਗੀ ਤੇ ਉਹਦੇ ਵਿੱਚ ਉਸ ਤੋਂ ਬਾਅਦ ਮੈਂ ਬੈੱਡ ਨਹੀਂ ਹਲੇ ਕੀਤਾ ਬੈੱਡ ਦੇ ਉੱਤੇ ਸਮਾਨ ਬਹੁਤ ਸਾਰਾ ਪਿਆ ਸੀ ਜਿਹੜਾ ਮੈਂ ਮੰਗਵਾਇਆ ਸੀਗਾ ਤੇ ਉਹ ਮੈਂ ਸਾਰਾ ਚੁੱਕ ਕੇ ਗੁਰਤੇਸ਼ ਦੀ ਲਮਾਰੀ ਵਿੱਚ ਰੱਖ ਦਿੱਤਾ ਤਾਂ ਮੈਂ ਜਿੱਦਾਂ ਜਿੱਦਾਂ ਸਫਾਈ ਕਰੀ ਜਾਂਦੀ ਉਹਦਾ ਦਾ ਸਮਾਨ ਜਿਹੜਾ ਹੈਗਾ ਉਹ ਕੱਢੀ ਜਾਣਾ ਆ ਸਾਰਾ ਸਮਾਨ ਹਲੇ ਅੱਧਾ 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 ਕਰਕੇ ਕੈਸਾ ਦੀ ਮੈਥੇ ਉੱਪਰ ਬਚ ਰੱਖਿਆ ਕਿਉਂਕਿ ਇੱਥੇ ਕੱਪੜਾ ਜਿਹੜਾ ਕੋਈ ਗੁਰਤੇਸ਼ ਦਾ ਨਹੀਂ ਸੀ ਆਉਣਾ ਇਹ ਖਾਨਾ ਬਿਲਕੁਲ ਖਾਲੀ ਆ ਜੇ ਕੋਈ ਰੱਖਣ ਦੀ ਲੋੜ ਵੀ ਪਈ ਤਾਂ ਉੱਥੇ ਕੱਪੜੇ ਜੜੇ ਹੈਗੇ ਆ ਰੱਖੇ ਜਾ ਸਕਦੇ ਆ ਤੇ ਉਹ نیچے ਮੈਂ ਅੱਧਾ ਬੈਗਟ ਘਾਤੀ ਆ ਦੋਨੋਂ ਤੇ ਉਹ ਇਹ ਦੇ ਇਹਦੇ ਵਿੱਚ ਕੱਪੜੇ ਆ ਇਹਦੇ ਵਿੱਚ ਇਹ ਚੀਜ਼ਾਂ ਦਾ ਪਤਾ ਲੱਗਦਾ ਆ ਕਿ ਇਹਦੇ ਵਿੱਚ ਕੱਪੜੇ ਮੇਰੇ ਉਹਨੇ ਜਿਹੜੇ ਮੈਂ ਕੱਢਣੇ ਨੇ ਮੈਨੂੰ ਲੋੜ ਪੈਣੀ ਆ ਇਹ ਫੋਟੋਆਂ ਆ ਇਹ ਮੈਂ ਜੜਾਈਆਂ ਸੀਗੀਆਂ ਸ਼ਾਇਦ ਤੁਹਾਨੂੰ ਨਜ਼ਰ ਆਉਂਦੀਆਂ हां ਇਹ ਫੋਟੋਆਂ ਆ ਉਹ ਵਾਲੀਆਂ ਜਿਹੜੀਆਂ ਮੈਂ ਜੜਾਈਆਂ ਹੋਈਆਂ ਆ ਤੇ ਮੈਂ ਟੰਗਣੀਆਂ ਆ ਤੇ ਇਹਦਾ ਲਾਉਣਾ ਜਮੇ ਉਹ ਜਿਹੜੇ ਟੰਗਣ ਵਾਲੇ ਹੁੰਦੇ ਆ ਨਾ ਉਹ ਲਾਉਣੀਆਂ ਆ ਤੇ ਉਹ ਸੰਡੇ ਨੂੰ ਸ਼ਾਇਦ ਉਹ ਨਹੀਂ ਆਉਣਾ ਤੇ ਮੈਂ ਦਿਵਾਲੀ ਤੋਂ ਇੱਕ ਦਿਨ ਜਾਂ ਦੋ ਦਿਨ ਪਹਿਲਾਂ ਫੋਟੋਆਂ ਵਾਲੀਆਂ ਟੰਗਣੀਆਂ ਸਾਰੀਆਂ ਤੇ ਮੈਂ ਉਦੋਂ ਤੁਹਾਨੂੰ ਦਿਖਾਵਾਂਗੀ ਫੋਟੋਆਂ ਕਿਹੜੀਆਂ ਕਿਹੜੀਆਂ ਆ ਤੇ ਇਹ ਵਾਲਿਆਂ ਦੇ ਵਿੱਚ ਕੱਪੜੇ ਸਿਆਲ ਵਾਲੇ ਆ ਇਹਦੇ ਵਿੱਚ ਕੱਪੜੇ ਜਿਹੜੇ ਪੰਗਾ ਆ ਸਿਰਫ ਇਹ ਚ ਪੰਗਾ ਰੱਖੀਆਂ ਆ ਤੇ ਇਹ ਕਿਤੇ ਪੰਗਾ ਹੋਰ ਰੱਖੀਆਂ ਨੇ ਜਿਹਦੀਆਂ ਬਹੁਤ ਘੱਟ ਕਿਤੇ ਲੋੜ ਪੈਂਦੀ ਆ ਗੁਰਦੇਸ਼ ਨੂੰ ਉਹ ਵਾਲੀਆਂ ਨੇ ਉਹਦੀਆਂ ਕੋਟੀਆਂ ਕੰਢੇ ਇੱਥੇ ਟਕਾ ਦਿੱਤੀਆਂ ਗੁਰਦੇਸ਼ ਦੀਆਂ ਤੇ ਫਿਲਹਾਲ ਹਜੇ ਨੂੰ ਲੋੜ ਨਹੀਂ ਵੈਸੇ ਪਈ ਨੇ ਇੱਥੇ ਹਨ ਤੇ ਇੱਥੇ ਕੱਪੜੇ ਕੁਤੀਸੇ ਰੱਖਤੇ ਆ ਥੋੜੀ ਜੀ ਹਲੇ ਖਲਾਰਾ ਜਾਣ ਕੇ ਹੈਗਾ ਵੈਸੇ ਸਾਰੇ ਸਫਾਈ ਕੀਤੀ ਹੋਈ ਆ ਪਰ ਜਿਹੜੇ ਕੱਪੜੇ ਆ ਸੋਕਸਾਂ ਵਗੈਰਾ ਆ ਇਹ ਲੈ ਸੈੱਟ ਕਰਨੀਆਂ ਨੂੰ ਇਸ ਦਾ ਫਰਨੀਚਲ ਦੀਆਂ ਬੋਲੀਆਂ ਜੀ ਹੁਣ ਲੋੜ ਪੈਣੀ ਆ ਕਿਉਂਕਿ ਬੈੱਡ ਮੈਂ ਸਾਫ ਕਰਨਾ ਹੈ ਤੇ ਇਹ ਚੀਜ਼ਾਂ ਨੇ ਤੇ ਮੈਂ ਤੁਹਾਨੂੰ ਲਿਫਾਫਿਆਂ ਨਾਲ ਦਿਖਾਉਣੀ ਆ ਲਿਫਾਫਿਆਂ ਨਾਲ ਮੇਰਾ ਖਾਣਾ ਇਹ ਵਾਲਾ ਹੈ ਇਕਦਾ ਹੁੰਦਾ ਨਾ ਜੁੱਤੀਆਂ ਵਾਲਾ ਕੰਨਿਆਂ ਰੱਖਿਆ ਹੁੰਦਾ ਜੁੱਤੀਆਂ ਰੱਖੀਆਂ ਹੁੰਦੀਆਂ ਇਹਦੇ ਵਿੱਚ ਲੰਬਾਰੀ ਦੇ ਜਿਹੜਾ ਖਾਨਾ ਹੁੰਦਾ ਮੈਂ ਇਹਦੇ ਵਿੱਚ ਜੁੱਤੀਆਂ ਨਹੀਂ ਰੱਖੀਆਂ ਕਦੇ ਵੀ ਤੇ ਮੈਂ ਇਹਦੇ ਵਿੱਚ ਲਫਾਫੇ ਸਮਾਨ ਰੱਖੀ ਹੋਈ ਹੈ ਇੱਕ ਆ ਹੋ ਗਿਆ ਆ ਛੋਟੀ ਗਿੱਟਿਆ ਆ ਉਸ ਤੋਂ ਛੋਟੀ ਗਿੱਟਿਆ ਇੱਕ ਕੈਬ ਵਾਲਾ ਬੈ ਗਿਆ ਇੱਕ ਕੈਬ ਵਾਲਾ ਬੈ ਗਿਆ ਆ ਵੀ ਲਫਾਫਾ ਆ ਤੇ ਇਹ ਵਿੱਚ ਹੋਰ ਵੀ ਜਿਹੜੇ ਇਦਾਂ ਦੇ ਲਫਾਫੇ ਹੁੰਦੇ ਆ ਉਹ ਸਾਰੇ ਮੇਰੇ ਇਹਦੇ ਵਿੱਚ ਹੁੰਦੇ ਆ ਤੇ ਮੰਨ ਲਓ ਜਿਹੜੇ ਦੂਸਰੇ ਲਫਾਫੇ ਹੁੰਦੇ ਆ ਨਾ ਇੱਕ ਹੋਰ ਹੁੰਦੇ ਆ ਜਿਹੜੇ ਛੋਟ ਜਿੰਦਾ ਚਫਰਨੀਆਂ ਦੀਆਂ ਗੋਲੀਆਂ ਵਾਲਾ ਇਹ ਸਾਰੇ ਇਦਾਂ ਦੇ ਲਫਾਫੇ ਮੇਰੇ ਰਸੋਈ ਵਿੱਚ ਹੁੰਦੇ ਆ ਇਹ ਲਫਾਫੇ ਵਿੱਚ ਮੈਂ ਕਦੀ ਵੀ ਜੁੱਤੀਆਂ ਨਹੀਂ ਟਿਕਾਈਆਂ ਇਹਨਾਂ ਨੂੰ ਸਾਫ਼ ਕਰਨਾ ਆ ਹੱਲੇ ਤੇ ਇਸ ਕਰਕੇ ਮੈਂ ਇਹਨੂੰ ਇੱਥੇ ਰੱਖਿਆ ਇਹ ਵਿੱਚ ਸਮਾਰ ਇਦਾਂ ਦਾ ਹੀ ਰੱਖਦੀਆਂ ਮੈਂ ਹੋਰ ਮੈਂ ਇਹਦੇ ਵਿੱਚ ਕੁਝ ਨਹੀਂ ਆਦੀ ਕਿਉਂਕਿ ਮੈਨੂੰ ਪਤਾ ਹੁੰਦਾ ਜਦ ਮੈਂ ਕਦੇ ਇਦਾਂ ਦਾ ਲਫਾਫਾ ਕੱਢਣਾ ਹੈ ਨਾ ਇਹ ਲੋਡ ਪੈਣੀ ਆ ਸੂਟ ਪਾਉਣ ਨੂੰ ਜਾਂ ਕੁਝ ਵੀ ਪਾਉਣ ਨੂੰ ਤਾਂ ਮੈਂ ਇਹਦੇ ਵਿੱਚੋਂ ਹੀ ਕੱਢ ਕੇ ਲੱਗ ਜਾਨੀ ਆ ਗੁਰਤੇਸ਼ ਨੂੰ ਵੀ ਸਾਡੇ ਘਰ ਸਾਰਿਆਂ ਨੂੰ ਪਤਾ ਹੁੰਦਾ ਕਿ ਲਿਫਾਫੇ ਕਿੱਥੇ ਪੈਂਦੇ ਆ ਇਦਾਂ ਨਹੀਂ ਕਿ ਥਾਂ ਥਾਂ ਦੇ ਉੱਤੇ ਲਿਫਾਫੇ ਛੱਡਿਆਂ ਜਾ ਕੇ ਦੇਖੇ ਕਿਤੇ ਹੋ ਗਿਆ ਕਿਤੇ ਹੋ ਗਿਆ ਫਿਲਹਾਲ ਤਾਂ ਹੁਣ ਸਫਾਈਆਂ ਚੱਲਦੀਆਂ ਕਰਕੇ ਮੇਰਾ ਖਲਾਰਾ ਏਦਾਂ ਪਿਆ ਹੋਇਆ ਪਰ ਮੇਰੇ ਫਿਲਹਾਲ ਜਿਹੜੀ ਚੀਜ਼ ਜੇ ਮੈਂ ਇੱਕ ਥਾਂ ਜਿੱਥੇ ਰੱਖ ਦਵਾਂ ਨਾ ਮੇਰੀ ਉੱਥੇ ਹੀ ਉਸ ਚੀਜ਼ ਦੀ ਰੁਟੀਨ ਬਣ ਜਾਂਦੀ ਆ ਕਿ ਮੈਂ ਉੱਥੇ ਹੀ ਚੀਜ਼ ਰੱਖਣੀ ਆ ਵਰਗੇ ਤੇ ਨਹੀਂ ਰੱਖਣੀ ਹੈਗੀ ਇਹ ਮੇਰੀ ਸਿਰਫ ਇਹ ਮੇਰੀ ਆਦਤ ਪੱਕੀ ਹੈਗੀ ਆ ਜਿੱਥੇ ਜਿਹੜੀ ਚੀਜ਼ ਆ ਕੋਈ ਰੱਖਦੀ ਬਸ ਉੱਥੇ ਰੱਖਣੀ ਆ ਫੇ ਪਤਾ ਸਾਰਿਆਂ ਨੂੰ ਘਰ ਦੇ ਵਿੱਚ ਲੱਗ ਜਾਂਦਾ ਕਿ ਮੈਂ ਕਿਹੜੀ ਚੀਜ਼ ਕਿੱਥੇ ਰੱਖ ਲਈ ਆ ਉਹਨਾਂ ਨੇ ਫਿਰ ਉੱਥੋਂ ਹੀ ਉਹ ਚੀਜ਼ ਨੂੰ ਯੂਜ਼ ਕਰਨਾ ਝੜਨਾ ਚੁੱਕਣਾ ਜੋ ਵੀ ਆ ਹਨਾ ਇੱਕ ਹੈ ਮੈਂ ਮੈਟ ਮੰਗਾਇਆ ਇਹ ਮੈਂ ਮੈਟ ਗਾਵਣਾ ਮੰਗਾਇਆ ਤੇ ਮੈਂ ਇਹ ਮੰਗਾਇਆ ਉਸ ਟੇਬਲ ਵਾਸਤੇ ਤੇ ਪਹਿਲਾਂ ਮੈਂ ਨਾ ਇਹਨਾਂ ਦਾ ਮੈਟ ਜਿਹੜਾ ਮੰਗਾਇਆ ਸੀਗਾ ਉਹ ਮੇਰਾ ਛੋਟਾ ਸੀਗਾ ਆਵਲ ਇਹ ਮੇਰਾ ਛੋਟਾ ਮੰਗਾ ਹੋਇਆ ਮੇਤੋਂ ਇਹ ਵਾਲਾ ਛੋਟਾ ਮਗਾ ਹੋਇਆ ਇਹ ਪੂਰਾ ਨਹੀਂ ਸੀ ਇੱਥੇ ਆਉਂਦਾ ਆਂਦੀ ਅੱਧਾ ਆਉਂਦਾ ਨਾ ਤੇ ਫੇਰ ਮੈਨੂੰ ਇੱਥੇ ਆ ਚੀਜ਼ ਬਿਚਾਉਣੀ ਪਈ ਇਸ ਕਰਕੇ ਮੈਂ ਇਹ ਚੀਜ਼ ਚੁੱਕਣੀ ਆ ਸਾਰੀ ਤੇ ਇੱਥੇ ਮੈਂ ਇਹ ਵਾਲਾ ਜਿਹੜਾ ਔਵ ਵਾਲਾ ਮੈਟ ਹੈ ਨਾ ਉਹ ਵੱਡਾ ਆ ਪੈਸੇ ਉਹ ਕਾਫੀ ਵੱਡਾ ਆ ਤੇ ਇਹਦੇ ਨੂੰ ਪੂਰਾ ਮੇਚ ਦਾ ਕਰਕੇ ਤੇ ਫੇਰ ਉਹਦੀ ਕਟਿੰਗ ਕਰਕੇ ਤੇ ਫੇਰ ਉਹਨੂੰ ਕਿਤੇ ਹੋਰ ਥਾਂ ਰੱਖੂੰਗੀ ਉਹਨੂੰ ਸ਼ਾਇਦ ਮੱਧਕ ਨੂੰ ਮਾਈਕ੍ਰੋਵੇਵ ਦੇ ਥਲੇ ਰੱਖਣਾ ਹੈ ਤੇ ਇਹ ਵਾਲਾ ਕਿਤੇ ਹੋਰ ਕੰਮ ਆ ਜਾਊਗਾ ਫੇਰ ਈ ਮੈਟ ਮੈਨੂੰ ਸੱਚੀ ਬਹੁਤ ਜ਼ਿਆਦਾ ਵਧੀਆ ਲੱਗਦਾ ਘਾਹ ਵਾਲਾ ਮੈਟ ਬਹੁਤ ਸੋਹਣਾ ਲੱਗਦਾ ਗ੍ਰੀਨ ਗ੍ਰੀਨ ਜਿਹਾ ਹੋ ਜਾਂਦਾ ਹਨ ਤੇ ਵਧੀਆ ਲੱਗਦਾ ਆ ਇਹ ਕਿ ਦੂਰੋਂ ਕਿੰਨਾ ਸੋਹਣਾ ਲੱਗਦਾ ਹਨ ਤੇ ਤਾਂ ਕਰਕੇ ਬੱਸ ਚਲੋ ਆਪਾਂ ਹੁਣ ਮੈਂ ਜਿਹੜਾ ਕੰਮ ਕਰਨਾ ਹੈ ਇਸੇ ਮੈਂ ਤੁਹਾਨੂੰ ਉਹ ਦਿਖਾਉਣੀ ਆ ਕਿ ਮੈਂ ਇਸ ਰੂਮ ਦੇ ਵਿੱਚ ਡਿਫਰੈਂਟ ਕੀ ਕਰਨਾ ਆ ਠੀਕ ਹੈ ਫਰੈਂਡਸ ਹਾਂਜੀ ਫਰੈਂਡਸ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣੀ ਆ ਕਿ ਮੈਂ ਇੱਥੇ ਵੀ ਕੱਪੜੇ ਜਿਹੜੇ ਆ ਕਿੱਦਾਂ ਟਿਕਾਏ ਹੋਏ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਕਿੱਦਾਂ ਟਿਕਾਇਆ ਕੱਪੜੇ ਉਹ ਵੀ ਤੇ ਮੈਂ ਤੁਹਾਨੂੰ ਮੈਂ ਕਿ ਪਹਿਲਾਂ ਮੈਂ ਦਿਖਾ ਦੇਣੀ ਆ ਤੇ ਕਿਉਂਕਿ ਮੈਂ ਰੱਖੇ ਉਸੇ ਤਰੀਕੇ ਨਾਲ ਜਿੱਦਾਂ ਮੈਂ ਪਹਿਲਾਂ ਉਧਰ ਆਪਣੇ ਰੂਮ ਦੇ ਵਿੱਚ ਰੱਖਦੀ ਆ ਤੇ ਉਦੋਂ ਮੈਂ ਇੱਥੇ ਰੱਖੀ ਹੋਈ ਆ ਇਸੇ ਬੈੱਡ ਦੇ ਵਿੱਚ ਰੱਖੇ ਹੋਏ ਆ ਤੇ ਮੈਂ ਕਿਵੇਂ ਤੁਹਾਨੂੰ ਪਹਿਲਾਂ ਦਿਖਾ ਦੇਵਾਂ ਦੇ ਸ਼ਾਲ ਦਿੱਤੇ ਆ ਇੱਥੇ ਮੈਂ ਇਹ ਜਿਹੜੇ ਮੇਰੇ ਸ਼ਾਲ ਆ ਹਨ ਇਹ ਮੈਂ ਵਰਤਦੀ ਨਹੀਂ ਹੈਗੇ ਕਿਉਂਕਿ ਇਹ ਨੀ ਯੂਜ਼ ਕਰੀਦੇ ਹੈਗੇ ਪੁਰਾਣੇ ਆ ਤੇ ਇਹਨਾਂ ਨੂੰ ਧੋ ਲੇਦਾ ਆ ਧੋ ਕੇ ਤਾਂ ਫੇਰ ਉੱਪਰ ਰੱਖੇਦਾ ਆ ਹਾਂ ਹੁਣ ਤੁਹਾਡਾ ਮੇਰੇ ਨਾਲ ਦਾ ਥੋੜੇ ਦਿਨਾਂ ਦਾ ਮੇਰਾ ਖਲਰਾ ਆ ਆ ਵਾਲਾ ਜਿਹੜਾ ਸ਼ਰਟ ਪਾ ਕੋਟ ਤਾਂ ਜਮਾ ਪਿਆ ਆ ਇਹ ਵੀ ਮੈਂ ਸਾਰਾ ਹੋ ਨਹੀਂ ਪਾਇਆ ਕਿਉਂਕਿ ਪਹਿਲਾਂ ਨਹੀਂ ਸੀਗਾ ਨਖਲਰ ਆਉਂਦੇ ਉਹਦੇ ਦੂਸਰੀ ਸਾਈਡ ਦੇ ਉੱਤੇ ਵੀ ਮੇਰੇ ਐਦਾਂ ਚਾਦਰਾਂ ਦਿੱਤੀਆਂ ਹੋਈਆਂ ਦੋ ਚਾਦਰਾਂ ਦਿੱਤੀਆਂ ਐ ਪਟੀਆਂ ਹੋਈਆਂ ਤੇ ਇਹਦੇ ਉੱਪਰ ਮੈਂ ਦਿੱਤੀ ਹੋਈਆਂ ਦੋ ਕੰਪਲ ਸੌਰੀ ਦੋ ਸ਼ਾਲ ਤੇ ਇੱਧਰ ਮੈਂ ਕੀ ਦਿੱਤਾ ਹੋਇਆ ਆ ਇਹ ਕਿਦਾਂ ਗੱਦੇ ਬੜੇ ਭਾਰੇ ਹੁੰਦੇ ਆ ਚੱਕਰ ਨੇ ਬੜੇ ਔਖੇ ਹਾਂ ਦੇ ਚਾਦਰ ਵੀ ਬਿਲਕੁਲ ਚੰਗੀ ਤਰ੍ਹਾਂ ਸਾਰਾ ਟਕਿਆ ਹੋਇਆ ਹੈ ਇਹਦੇ ਉੱਤੇ ਵੀ ਮੈਂ ਪਾਟੀ ਚਾਦਰ ਬੈੱਡ ਦੀ ਚਾਦਰ ਸੀਗੀ ਇਹ ਵਾਲੀ ਤੇ ਮੈਂ ਅੱਗੇ ਘਾਸ ਸੀਗੀ ਸੀ ਕੱਟ ਕੇ ਤਾਂ ਮਸ਼ੀਨ ਲਾ ਕੇ ਤਾਂ ਇਹਦੇ ਉੱਤੇ ਦੇਣ ਵਾਸਤੇ ਬਣਾ ਲਿਆ ਤੇ ਇਹ ਮੇਰਾ ਸਮਾਨ ਇੱਥੇ ਵੀ ਇਸ ਤਰੀਕੇ ਨਾਲ ਇਹ ਮੇਰਾ ਛੋਟਾ ਅਟੈਚੀ ਆ ਤੇ ਇਹ ਕੰਬਲ ਪਿਆ ਆ ਤੇ ਇਹਦੇ ਆ ਦੇ ਵਿੱਚ ਇਹਦੇ ਵਿੱਚ ਤਾਂ ਪਤਾ ਨਹੀਂ ਪਤਾ ਨਹੀਂ ਕਿ ਇੱਥੇ ਜਰ ਕੋਈ ਚੀਜ਼ ਰੱਖੀ ਹੋਈ ਹੈ ਵਿੱਚ ਹੈਵੀ ਜਿਹੀ ਚੀਜ਼ ਜਿਹਾ ਕੋਟ ਆ ਮੁਤੇਸ਼ਾ ਕੱਢੀ ਕੋਟਾ ਨਾਲ ਫਾਬਾ ਕੱਢੇ ਉਹਦੇ ਲੈ ਸਾਈਡ ਤੇ ਮੈਨੂੰ ਅਦਰ ਜਾਈ ਪਈ ਹੋਣੀ ਆ ਸ਼ਾਇਦ ਹੈ ਨਾ ਜਲਦੀ ਆ ਜਾ ਅਲਫਾ ਬਚੋ ਚੋ ਕਿ ਉਹਦੇ ਬੜਾ ਇਹ ਮੈਨੂੰ ਦਾ ਫਾੜਨਾ ਮੁਤੇਸ਼ ਦੇਖਿਆ ਪਾੜ ਦਿੱਤਾ ਉਹਦਾ ਆ ਗਿਆ ਹੱਥ ਜੋਂ ਮੈਂ ਕਰਾ ਪਾਟਾ ਕਰੀ ਠੀਕ ਸੀ ਗਾਇਜ਼ ਵਿੱਚ ਅੱਛਾ ਸਿਆਲਾ ਵਾਲਾ ਸਮਾਨ ਹੈ ਮੁਤੇਸ਼ ਕੋਟ ਆ ਤੇਰੇ ਵਿੱਚ ਇਹਦੇ ਵੱਡੇ ਵੱਡੇ ਕੱਢ ਨਹੀਂ ਨਹੀਂ ਕੱਢ ਪਾਈਏ ਕਿ ਹੁਣ ਤੇਰੇ ਪਹ ਜਾਣੇ ਅਕਤੂਬਰ ਦੇ ਵਿੱਚ ਸਾਰੇ ਰਹਿਣਾ ਜੇ ਜੇ ਸਿਆਣਾ ਜਿਹੜਾ ਉਹ ਸਮਾਨ ਹੈ ਜਿਹੜਾ ਨੰਬਰ ਦੇ ਵਿੱਚ ਲੋਡ ਪਾਣੀ ਆ ਇਹਨੂੰ ਬਾਹਰ ਕੱਢ ਮੈਂ ਸਾਫ਼ ਕਰਨਾ ਪੁੱਤ ਕਿ ਕਿਨ ਕੱਢਣੀ ਮੈਂ ਪੁੱਤ ਸਾਫ਼ ਕਰਨਾ ਤੁਨਾ ਉਹਦਾ ਬਾੜੇ ਉੱਤੇ ਗੜਿਆ ਬੇਰਵਾ ਦੇ ਖੁੱਦਰ ਇਹ ਲਫਾਫਾ ਗੁੱਤੇ ਚ ਪੁਰਾਣਾ ਸੀਗਾ ਇਸੇ ਕਰਕੇ ਮੈਂ ਹੁਣ ਕੋ ਡਿਫਰੈਂਟ ਚੀਜ਼ ਲੈ ਕੇ ਆਈਆਂ ਪਾਉਣ ਨੂੰ ਇਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਨਾ ਉਹ ਡੈਕ ਚ ਪਾ ਚਲ ਮੇਰਾ ਪਤਨ ਨਾ ਕੰਮ ਕਰ ਤਿਸ ਕੀ ਕਰਦਾ ਤੂੰ ਚਲ ਵਿੱਚ ਆ ਗਿਆ ਨਹੀਂ ਆਇਆ ਚਲ ਮੈਂ ਤੇਰੇ ਉੱਤੇ ਇਸ ਲਈ ਬਰੇ ਵੀ ਨਹੀਂ ਆਈ ਤੂੰ ਹਣ ਪਹਿਲਾਂ ਕੋਟ ਪਾ ਕੇ ਦੇਖਣੇ ਆ ਕਿ ਤੂੰ ਮੇਰੇ ਨਾਲ ਕੰਮ ਕਰਾਉਣਾ ਪੁੱਤਰ ਚਲ ਪਾ ਦੇ ਇੱਥੇ ਨਹੀਂ ਕੰਮ ਕਰੂ ਤੇ ਛੇ ਇਦਾਂ ਨਹੀਂ ਕਰਨੀ ਆਗੇ ਪੁੱਤ ਕੰਮ ਕਰਨੇ ਆ ਪਹਿਲਾਂ ਤੂੰ ਪਹਿਲਾਂ ਪਾ ਕੇ ਦੇਖਣ ਲਾ ਪੁੱਤਰ ਮੇਚ ਆਉਂਦੀ ਆ ਕਿ ਨਹੀਂ ਆਉਂਦੇ ਆ ਤੇਰੇ ਮੇਚ ਦੇ ਲ ਲੰਬੇ ਆ ਗਰਮੀ ਲੱਗਣ ਢਈ ਆ ਤਾਂ ਕੋਟ ਪਾ ਕੇ ਦੇਖਣ ਲਾ ਆਪਾਂ ਤੇ ਛੋਹ ਦੇ ਵਿੱਚ ਬੈਗ ਟਕਾ ਪੁੱਤ ਬੈਗ ਝਟਕਾ ਕੋਲ ਬੁਖਾਰ ਆ ਰਹੀ ਨਹੀਂ ਆ ਬੁਖਾਰ ਆ ਰਹੀ ਨਹੀਂ ਤੈਨੂੰ ਠੋਦੀ ਤੈਨੂੰ ਪਤਾ ਗਰਮੀ ਲੱਗਦਾ ਹੁਣ ਠੰਡ ਚ ਲੱਗਦੀ ਹੋਣੀ ਆ ਨਾ ਹਾਂ ਇੱਕ ਮੌਸਮ ਵੀ ਪਤ ਬਦਲਦਾ ਆ ਉਹਦੇ ਕਰਕੇ ਵੀ ਲੱਗਦਾ ਇਦਾਂ ਨਾ ਹਾਂ ਦੇ ਮੈਂ ਨਮਾ ਬੈਗ ਲੈ ਕੇ ਆਈ ਸੀ ਕਿ ਬੈਗ ਮੰਗਾਇਆ ਇਹਦੇ ਨਾਲ ਚਾਰ ਜਿਹਦੇ ਵਿੱਚ ਆਪਾਂ ਇਦਾਂ ਵੱਡੇ ਵੱਡੇ ਕੱਪੜੇ ਜਿਹੜੇ ਹੈਗੇ ਆ ਰੱਖ ਸਕਦੇ ਕੁੱਤੀਸ਼ਪ ਤੂੰ ਹੁਣ ਇਹ ਇਹ ਨਾ ਪਾੜਨ ਵਾਲੇ ਨਹੀਂ ਹੈਗੇ ਤੂੰ ਪਾੜ ਜ਼ਰੂਰ ਦਊਂਗਾ ਕਿਸੇ ਦਿੱਕੇ ਨਾਲੇ ਨੂੰ ਮੈਨੂੰ ਤੇਰੇ ਇੰਨਾ ਜ਼ਰੂਰ ਪਤਾ ਆ ਆਲੇ ਫੜ ਕੈਮਰਾ ਜਲਦੀ ਆ ਜਾ ਹਾਂਜੀ ਫਰੈਂਡਸ ਮੈਂ ਇਹ ਚੀਜ਼ ਮੰਗਾਈ ਆ ਇਹ ਉਹੀ ਬੈਗ ਨੇ ਜਿਹੜੇ ਮੇਰੇ ਉਦਲ ਮਾਰੀਆਂ ਦੇ ਵਿੱਚ ਰੱਖੇ ਨੇ ਤੇ ਇਹ ਬੈਗ ਮੈਂ ਥੋੜੇ ਜਿਹਾ ਵੱਡੇ ਮੰਗਾਏ ਨੇ ਇਹ ਕਾਫੀ ਖੁੱਲੇ ਉੱਚੇ ਵੀ ਆਂਦੇ ਜਦੋਂ ਮੈਂ ਸਮਾਨ ਵਿੱਚ ਹਾਣਾ ਵੱਡੇ ਵੱਡੇ ਕੋਟ ਆ ਉਹਨਾਂ ਗੁਰਤੇਸ਼ ਨੇ ਲਫਾਫਾ ਕੱਢਿਆ ਤੁਹਾਡੇ ਸਾਹਮਣੇ ਇਹਦੇ ਵਿੱਚੋਂ ਵੱਡੇ ਵੱਡੇ ਕੋਟ ਨਿਕਲੇ ਇਹ ਕੋਟ ਉਹ ਵਾਲੇ ਨੇ ਜਿਨ੍ਹਾਂ ਦੀ ਲੋੜ ਸਾਨੂੰ ਦਸੰਬਰ ਦੇ ਵਿੱਚ ਪਹਿਣੀ ਐਂਡ ਤੇ ਜਾ ਕੇ ਪਹਿਣੀ ਆ ਕਾਫੀ ਵੱਡੇ ਕੋਟ ਆ ਇਹਦੇ ਵਿੱਚ ਗੁਰਤੇਸ਼ ਦੇ ਕੋਟ ਆ ਸਾਰੇ ਤਕਰੀਬਨ ਜੈਕਟਾਂ ਆ ਬੱਚੇ ਦੇ ਤੇ ਤਾਂ ਕਰਕੇ ਇਹਨੂੰ ਨੂੰ ਕੋਟ ਨੂੰ ਇਹਦੇ ਸਾਰੇ ਚੀਜ਼ਾਂ ਨੂੰ ਮੈਂ ਪਾ ਕੇ ਇਹਦੇ ਵਿੱਚ ਰੱਖੂਗੀ ਤਾਂ ਮੈਂ ਇਹ ਚਾਰ ਮੰਗਾਏ ਨੇ ਇਹ ਚਾਰ ਹੈ ਤੇ ਇਹਨਾਂ ਵਿੱਚ ਮੈਂ ਸੋਚਿਆ ਮੈਂ ਕਿ ਜਿਹੜੇ ਬੈੱਡ ਦੇ ਵਿੱਚ ਤੇਸ਼ ਦੇ ਇਸ ਕਮਰੇ ਦੇ ਵਿੱਚ ਤੇਸ਼ ਵਾਲੇ ਬੈੱਡ ਦੇ ਕਮਰੇ ਵਿੱਚ ਜਿਹੜੇ ਕੱਪੜੇ ਆ ਉਹ ਮੈਂ ਇਹਨਾਂ ਬੈਗਾਂ ਦੇ ਵਿੱਚ ਪਾ ਕੇ ਰੱਖਾਂ ਇਹ ਮੈਂ ਚਾਰ ਮੰਗਾਏ ਆ ਤੇ ਇਹ ਚਾਰੋਂ ਦੇ ਚਾਰੇ ਬੈੱਡ ਦੇ ਵਿੱਚ ਹੀ ਆਉਣੇ ਆ ਇਹਨਾਂ ਚਲੋ ਮਾਰੀਚ ਨਹੀਂ ਆਉਣੇ ਹੈਗੇ ਕਿਉਂਕਿ ਇਹ ਕਾਫੀ ਖੁੱਲੇ ਵੀ ਆ ਉੱਚੇ ਵੀ ਆ ਜਿਹੜੇ ਕੱਪੜੇ ਪੈ ਜਾਣੇ ਆ ਪੂਰਾ ਭਰ ਜਾਣਾ ਤੇ ਉੱਚਾ ਵੀ ਹੋ ਜਾਣਾ ਇਹਨੇ ਹਨ ਤੇ ਬਾਕੀ ਇਹਨੇ ਖੁੱਲੇ ਵੀ ਆ ਨਾ ਉਹਦੇ ਕਰਕੇ ਮੈਂ ਇਹ ਵੱਡਾ ਵਾਲੇ ਮਂਗਾਏ ਨੇ ਚਾਰ ਤੇ ਇਹ ਮੈਂ ਸਿਰਫ ਇਸ ਰੂਮ ਦੇ ਵਿੱਚ ਰੱਖਣ ਵਾਸਤੇ ਮਂਗਾਏ ਨੇ ਇਹ ਮੈਂ ਤੁਹਾਨੂੰ ਬਾਕੀ ਤੇ ਦੂਤ ਖਾਨਾ ਦਿਖਾ ਦੱਤੇ ਆ ਬਾਕੀ ਪਿੱਛੇ ਸਾਈਡ ਤੇ ਉਹਦਾ ਤਾਂ ਰਜਾਈਆਂ ਆ ਉਹਨੂੰ ਤਾਂ ਬਿਲਕੁਲ ਨਹੀਂ ਛੇੜਨਾ ਕਿਉਂਕਿ ਉਹਦੇ ਵਿੱਚ ਗੋਲੀਆਂ ਜਰੂਰ ਮੈਂ ਸਿੱਟਣੀਆਂ ਆ ਫਰਨੈਲ ਦੀਆਂ ਚਾਦ ਚੁੱਕ ਕੇ ਤੇ ਉਹ ਤਾਂ ਖਾਨਾ ਬਿਲਕੁਲ ਬੁੱਕੀ ਆ ਉਹ ਤਾਂ ਜਾਈ ਅਸੀਂ ਕੱਢੀ ਦੀ ਵੀ ਹੈ ਨਹੀਂ ਗੀ ਵੈਸੇ ਆਏ ਗਏ ਲੈ ਕੱਢੀਆਂ ਰੱਖੀਆਂ ਹੋਈਆਂ ਜਦੋਂ ਕਿਤੇ ਲੋਡ ਪਈ ਤਾਂ ਕੋਈ ਆਇਆ ਗਿਆ ਵੈਸੇ ਤਾਂ ਲੋਡ ਪੈਂਦੀ ਨਹੀਂ ਹੈਗੀ ਕਿਉਂਕਿ ਬਾਧੂ ਰੱਖੀਆਂ ਹੋਈਆਂ ਤੇ ਜਦੋਂ ਕੱਢੀਆਂ ਦੀਆਂ ਨੇ ਉਹਦਾ ਨਾਲ ਦਾ ਰੂਮ ਜਿਹੜਾ ਹੈਗਾ ਡਰੈنگ ਰੂਮ ਹੈ ਉੱਥੇ ਬੈੱਡ ਲੱਗਾ ਦਵਾਨ ਉਹਦੇ ਵਿੱਚੋਂ ਕੱਢ ਲੈ ਕੇ ਆਈਦੀ ਆ ਤੇ ਇਹਦੇ ਵਿੱਚ ਉਹਨੇ ਸਿੱਕ ਕੱਢੀਆਂ ਨੇ ਇਹਦੇ ਵਿੱਚ ਗੋਲੀਆਂ ਸੈੱਟ ਦੇਣੀਆਂ ਤੇ ਆਹ ਜਿਹੜਾ ਖਾਨਾ ਹੈ ਤੇ ਆਹ ਵਾਲਾ ਖਾਨਾ ਜਿੱਥੇ ਉਹ ਗੁਰਦੇਸ਼ ਬੈਠਾ ਇਹ ਵਾਲਾ ਖਾਨਾ ਇਹ ਮੈਂ ਤਿੰਨਾ ਖਾਨਿਆਂ